ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ, ਜੋ ਕਿ ਨਿਕਲ ਕੇ ਆ ਚੁੱਕਾ ਰੇਲਵੇ ਦੇ ਵੱਲੋਂ। ਬਿਲਕੁਲ ਫਰੈਸ਼ ਨੋਟੀਫਿਕੇਸ਼ਨ ਹੈ ਜਿਹਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ। ਦੋ ਅਲੱਗ ਅਲੱਗ ਨੋਟੀਫਿਕੇਸ਼ਨ ਨੇ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ। ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓਗੇ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਕਈ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਇਹ ਫਰੈਸ਼ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਊਟ ਕੀਤਾ ਗਿਆ ਹੈ ਜੀ। ਇਹਦੇ ਵਿੱਚ ਪੂਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਵਾਂਗਾ। ਬਾਕੀ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਅਵੇਲੇਬਲ ਹੈ ਜੀ। ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਕਰ ਸਕਦੇ ਹੋ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ ਜੀ। ਸਭ ਤੋਂ ਪਹਿਲਾਂ ਤਾਂ ਪਹਿਲਾਂ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਰੇਲਵੇ ਰਿਕਰੂਟਮੈਂਟ ਬੋਰਡ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ, ਜਿਸਦੇ ਵਿੱਚ ਆਲ ਇੰਡੀਆ ਮੇਲ ਫੀਮੇਲ ਦੋਨੋਂ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਪੰਜਾਬ ਦੇ ਕੈਂਡੀਡੇਟ ਲਈ ਵੀ ਅਪਲਾਈ ਕਰ ਸਕਦੇ ਨੇ। ਔਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੋਵੇਗਾ। ਆਲਰੇਡੀ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਜੀ, 29 ਅਗਸਤ 2024 ਇਹਦੀ ਲਾਸਟ ਡੇਟ ਰਹਿਣ ਵਾਲੀ ਹੈ। ਰੈਗੂਲਰ ਵੈਕੈਂਸੀਜ਼ ਦੇ ਲਈ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਜਾਰੀ ਕੀਤਾ ਗਿਆ ਹੈ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਐਪਲੀਕੇਸ਼ਨ ਫੀ ਦੀ, ਜਨਰਲ ਓ ਬੀ ਸੀ ਦੇ ਲਈ 500 ਰੁਪਿਆ, ਈ ਡਬਲਿਊ ਐਸ ਐਸ ਸੀ ਐਸ ਟੀ ਦੇ ਲਈ 250 ਰੁਪਿਆ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਇੱਥੇ ਰਹਿਣ ਵਾਲੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਹਨਾਂ ਵੈਕੈਂਸੀਜ਼ ਦੇ ਲਈ, ਤੁਹਾਡੀ ਆਰ ਆਰ ਬੀ ਜੂਨੀਅਰ ਇੰਜੀਨੀਅਰ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਤੁਸੀਂ ਆਊਟ ਹੋਈਆਂ ਨੇ। ਉਸ ਤੋਂ ਬਾਅਦ ਮੈਟਲੋਜੀਕਲ ਸੁਪਰਵਾਈਜ਼ਰ ਰਿਸਰਚ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਹੋਈਆਂ ਨੇ ਜੀ। ਉਸ ਤੋਂ ਬਾਅਦ ਡਿਪੋ ਮਟੀਰੀਅਲ ਸਭ ਜਿਹੜੀਆਂ ਨੇ ਸੁਪਰਡੈਂਡੈਂਟ ਦੀਆਂ, ਕੈਮੀਕਲ ਐਂਡ ਮੈਟਲੋਜੀਕਲ ਅਸਿਸਟੈਂਟ ਦੀਆਂ, ਕੈਮੀਕਲ ਸੁਪਰਵਾਈਜ਼ਰ ਦੀਆਂ 7,934 ਵੈਕੈਂਸੀਜ਼ ਜਿਹੜੀਆਂ ਨੇ ਉਹ ਇੱਥੇ ਆਊਟ ਕੀਤੀਆਂ ਗਈਆਂ ਨੇ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ। ਇਹਦੇ ਲਈ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਆਲਰੇਡੀ ਜਿਹੜਾ ਹੈ ਜੀ ਉਹ ਦੇ ਦਿੱਤਾ ਹੈ ਇਹਨੂੰ ਅਪਲਾਈ ਕਰਨ ਦੇ ਲਈ ਵੀ। ਇਹਦੇ ਲਈ 3 ਈਅਰ ਡਿਪਲੋਮਾ ਤੁਸੀਂ ਕੀਤਾ ਰੈਲਵੇਂਟ ਸਟ੍ਰੀਮ ਦੇ ਵਿੱਚ ਜਾਂ ਬੀ ਈ ਬੀ ਟੈਕ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਰਿਟਨ ਟੈਸਟ ਹੋਵੇਗਾ ਤੁਹਾਡਾ, ਇਸ ਦੇ ਵਿੱਚ ਪੇਪਰ 1 ਪੇਪਰ 2 ਉਸ ਦੇ ਬੇਸਿਸ 'ਤੇ ਤੁਹਾਡੀ ਸਿਲੈਕਸ਼ਨ ਜਿਹੜੀ ਇਸ ਦੇ ਵਿੱਚ ਉਹ ਹੋਣੀ ਹੈ ਜੀ। ਉਸ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰਾਂ, ਇੱਥੇ 18 ਤੁਹਾਡੀ ਮਿਨੀਮਮ, 36 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ। ਪਲੱਸ ਇਸੇ ਦੇ ਨਾਲ ਏਜ ਰਿਲੈਕਸੇਸ਼ਨ ਵੀ ਤੁਹਾਨੂੰ ਜਿਹੜੀ ਇੱਥੇ ਦਿੱਤੀ ਹੀ ਜਾਵੇਗੀ। ਸੋ ਤੁਸੀਂ ਇਹਦੇ ਲਈ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਇਸ ਦੇ ਵਿੱਚ ਇਗਜ਼ਾਮ ਪੈਟਰਨ ਦਾ, ਅਤੇ ਜਿਹਦੇ ਵਿੱਚ ਮੈਥਮੈਟਿਕ ਦੇ 30 ਕੁਸ਼ਚਨ, ਜਨਰਲ ਇੰਟੈਲੀਜ ਰੀਜਨਿੰਗ ਦੇ 25 ਕੁਸ਼ਚਨ ਰਹਿਣਗੇ, ਜਨਰਲ ਅਵੇਅਰਨੈਸ ਦੇ 15 ਕੁਸ਼ਚਨ ਇੱਥੇ ਰਹਿਣਗੇ ਜੀ, ਜਨਰਲ ਸਾਇੰਸ ਦੇ 30 ਕੁਸ਼ਚਨ ਜਿਹੜੇ ਨੇ ਇੱਥੇ ਰਹਿਣਗੇ। ਟੋਟਲ 100 ਕੁਸ਼ਚਨ ਹੋਣਗੇ ਇੱਥੇ। ਠੀਕ ਹੈ ਜੀ। 90 ਮਿੰਟ ਦਾ ਟਾਈਮ ਤੁਹਾਨੂੰ ਜਿਹੜਾ ਇੱਥੇ ਉਹ ਦਿੱਤਾ ਹੀ ਜਾਵੇਗਾ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਪੇਪਰ 2 ਜਿਹੜਾ ਹੋਣਾ, ਜਨਰਲ ਅਵੇਅਰਨੈਸ ਦੇ 15 ਕੁਸ਼ਚਨ, ਫਿਜ਼ਿਕ ਕੈਮਿਸਟਰੀ ਦੇ 15 ਕੁਸ਼ਚਨ, ਠੀਕ ਹੈ ਜੀ, ਕੰਪਿਊਟਰ ਐਪਲੀਕੇਸ਼ਨ ਬੇਸਿਕ ਦੇ 10 ਕੁਸ਼ਚਨ, ਇਨਵਾਇਰਮੈਂਟਲ ਪੋਲਿਊਸ਼ਨ ਬੇਸਿਕ ਦੇ 10 ਕੁਸ਼ਚਨ, ਟੈਕਨੀਕਲ ਅਬਿਲਿਟੀ ਦੇ 100 ਕੁਸ਼ਚਨ ਜਿਹੜੇ ਨੇ ਉਹ ਤੁਹਾਡੇ ਇਸ ਦੇ ਵਿੱਚ ਰਹਿਣਗੇ ਜੀ। ਇਸ ਦੇ ਵਿੱਚ 120 ਮਿੰਟ ਦਾ ਟਾਈਮ ਤੁਹਾਨੂੰ ਜਿਹੜਾ ਉਹ ਦਿੱਤਾ ਹੀ ਜਾਵੇਗਾ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਇਸ ਦੇ ਲਈ ਔਨਲਾਈਨ ਅਪਲਾਈ ਕਰਨ ਦੇ ਲਈ, ਲਿੰਕ ਤੁਹਾਨੂੰ ਇੱਥੇ ਜਿਹੜਾ ਨੀਚੇ ਜਾਓਗੇ ਤੁਸੀਂ ਲਾਸਟ ਵਿੱਚ ਇੱਥੇ ਤੁਹਾਨੂੰ ਮਿਲ ਜਾਣਗੇ ਨੋਟੀਫਿਕੇਸ਼ਨ ਪਲੱਸ ਅਪਲਾਈ ਕਰਨ ਦਾ, ਦੋਨੋਂ ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਅਤੇ ਇਸ ਦੇ ਵਿੱਚ ਸਾਰੇ ਲਿੰਕ ਜਿਹੜੇ ਨੇ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਹੀ ਦੇਵਾਂਗਾ। ਸੋ ਚੈੱਕ ਕਰਕੇ ਅਪਲਾਈ ਜ਼ਰੂਰ ਕਰ ਲੈਣਾ। ਇਸ ਦੇ ਨਾਲ ਹੀ 10ਵੀਂ 12ਵੀਂ ਗ੍ਰੈਜੂਏਸ਼ਨ ਵਾਲਿਆਂ ਲਈ ਵੀ ਅਪਲਾਈ ਹੈ, ਆਈ ਕਿ ਤੁਹਾਡੇ ਇਸ ਵਿੱਚ ਅਪ੍ਰੈਂਟਿਸ ਦੀਆਂ ਵੈਕੈਂਸੀਜ਼ ਨੇ ਜਿਹੜੀ ਕਿ ਅਲੱਗ ਅਲੱਗ ਟ੍ਰੇਡ ਦੇ ਲਈ ਆਊਟ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੈ। ਸਾਰੇ ਲਿੰਕ ਜਿਹੜੇ ਨੇ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਦੇ ਚੁੱਕਾ ਹਾਂ। ਸੋ ਤੁਸੀਂ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਲੈਣਾ ਜੀ। ਫਿਰ ਵੀ ਕੋਈ ਵੀ ਡਾਊਟ ਰਹਿੰਦਾ ਤਾਂ ਜ਼ਰੂਰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।